ਦੇਖਣ ਨੂੰ ਮਿਲਿਆ ਕਿ ਪਾਣੀ ਜਿਹੜਾ ਖਲੋਤਾ ਉਹਦੇ ਵਿੱਚ ਮੱਛਰ ਬੁੜਾ, ਕੋਈ ਸਿਹਤ ਵਿਭਾਗ ਦਾ ਕੋਈ ਆਇਆ ਹੋਵੇ, ਕੋਈ ਲਾਵਾ ਪੁੱਛ ਕੇ ਕਰਨ ਨੂੰ ਜਿਹੜਾ ਬੱਚੇ ਨੂੰ ਬਿਮਾਰੀਆਂ ਤੋਂ ਬਚਾ ਸਕੇ, ਕੋਈ ਇੱਥੇ ਆਇਆ ਅੱਜ ਤੱਕ? ਤਾਂ ਕੋਈ ਨਹੀਂ ਆਇਆ। ਭਾਵੇਂ ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਕਿੰਨੇ ਹੀ ਦਾਅਵੇ ਕਰਦੇ ਹੋਣ, ਪਰ ਸਰਕਾਰੀ ਸਕੂਲਾਂ ਦਾ ਹਾਲ ਦੇਖ ਅਜਿਹਾ ਕੁਝ ਵੀ ਨਹੀਂ ਜਾਪਦਾ। ਬਰਸਾਤੀ ਦਿਨਾਂ 'ਚ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵਿੱਚੋਂ ਚੋਂਦਾ ਪਾਣੀ ਅਤੇ ਸਕੂਲ ਦੇ ਵਿੱਚ ਖਲੋਤੇ ਪਾਣੀ ਦੀਆਂ ਤਸਵੀਰਾਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਾਫ਼ ਸਾਫ਼ ਬਿਆਨ ਕਰ ਰਹੀਆਂ ਨੇ। ਗੱਲ ਕਰ ਰਹੇ ਹਾਂ ਤਰਨ ਤਾਰਨ ਦੇ ਪਿੰਡ ਵਲੀਪੁਰ ਦੀ, ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਲੱਗਦੇ ਛੱਪੜ ਦਾ ਪਾਣੀ ਥੋੜ੍ਹੇ ਜਿਹੇ ਮੀਂਹ ਕਾਰਨ ਸਕੂਲ ਦੇ ਵਿੱਚ ਦਾਖਲ ਹੋ ਜਾਂਦਾ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਤਾਂ ਨੁਕਸਾਨ ਹੋ ਹੀ ਰਿਹਾ, ਪਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਬਿਮਾਰੀਆਂ ਦੇ ਪੈਦਾ ਹੋਣ ਦਾ ਵੀ ਖਤਰਾ ਪੈਦਾ ਹੋ ਗਿਆ। ਅਧਿਆਪਕਾਂ ਦੀ ਮੰਗ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਮਾਮਲੇ ਨੂੰ ਜਲਦ ਹੱਲ ਕੀਤਾ ਜਾਏ। ਸਰ, ਪਾਣੀ ਦਾ ਚੱਕਰ ਇਹ ਆ ਵੀ ਜਿਹੜਾ ਇਹ ਬਰਸਾਤੀ ਦਿਨ ਹੈ ਅੱਜ ਕੱਲ੍ਹ, ਜਿਹੜਾ ਆਹ ਮਹੀਨਾ ਜੁਲਾਈ ਦਾ ਜਾਂ ਜੂਨ ਦਾ ਮਹੀਨਾ ਹੁੰਦਾ ਵਾ, ਇਹਨਾਂ ਦਿਨਾਂ ਦੇ ਵਿੱਚ ਕੀ ਚੱਕਰ ਆ ਵੀ ਬਰਸਾਤੀ ਪਾਣੀ ਜਿਹੜਾ ਸਾਡੇ ਇੱਥੇ ਸਕੂਲ 'ਚ ਆ ਜਾਂਦਾ ਵਾ। ਆਉਣ ਦਾ ਕਾਰਨ ਮੇਨ ਇਹ ਆ ਵੀ ਸਾਡਾ ਜਿਹੜਾ ਸਕੂਲ ਦਾ ਲੈਵਲ ਆ ਸੜਕ ਦੇ ਲੈਵਲ ਨਾਲੋਂ ਇਹ ਨੀਵਾਂ ਵਾ, ਅਤੇ ਸੜਕ ਜਿਹੜੀ ਸਾਡੀ ਕਾਫ਼ੀ ਉੱਚੀ ਹੈ ਬਾਹਰ ਵਾਲੀ, ਇਸ ਕਰਕੇ ਪਾਣੀ ਅੰਦਰ ਆ ਜਾਂਦਾ ਵਾ। ਅਤੇ ਦੂਜੇ ਬੰਨੇ ਪਿਛਲੇ ਬੰਨੇ ਸਾਡੇ ਛੱਪੜ ਪੈ ਜਾਂਦਾ ਵਾ, ਅਤੇ ਜੋ ਕਿ ਉਹ ਵੀ ਪਾਣੀ ਜਿਹੜਾ ਸਾਡੇ ਸਕੂਲ ਦੇ ਅੰਦਰ ਆ ਜਾਂਦਾ, ਛੱਪੜ ਭਰ ਜਾਂਦਾ ਵਾ ਅਤੇ ਭਰ ਕੇ ਓਵਰਫਲੋ ਹੋ ਕੇ ਅਤੇ ਸਾਡੇ ਸਕੂਲ ਦੇ ਅੰਦਰ ਆ ਜਾਂਦਾ। ਇਸ ਬਾਰੇ ਤੁਸੀਂ ਕੋਈ ਪਹਿਲਾਂ ਵੀ ਕਿਸੇ ਨੂੰ ਸ਼ਿਕਾਇਤ ਅਧਿਕਾਰੀ ਉੱਚ ਅਧਿਕਾਰੀਆਂ ਨੂੰ ਬਾਰੇ ਇਸ ਬਾਰੇ ਦੱਸਿਆ? ਮੈਨੂੰ ਜੀ 7-8 ਮਹੀਨੇ ਹੋ ਗਏ ਇੱਥੇ ਲਗਭਗ ਇਹਨੂੰ ਆਏ ਨੂੰ, ਮੇਰੇ ਆਉਂਦਿਆਂ ਇਹ ਪਹਿਲਾ ਚਾਂਸ ਆ, ਬਰਸਾਤਾਂ ਪਹਿਲੀ ਵਾਰੀ ਮੇਰੇ ਇੱਥੇ ਆਉਣ ਦੇ ਸਮੇਂ 'ਚ ਹੋਈਆਂ ਵਾ, ਅਤੇ ਇਹ ਫਸਟ ਟਾਈਮ ਹੀ ਆ ਵੀ ਪਾਣੀ ਜਿਹੜਾ ਇੱਥੇ ਆਇਆ ਵਾ। ਇਸ ਤੋਂ ਪਹਿਲਾਂ ਵੀ ਆਉਂਦਾ ਹੁੰਦਾ ਸੀ ਜੋ ਮੇਰੇ ਸੁਣਨ 'ਚ ਆਇਆ ਵਾ, ਪਰ ਇਹ ਆ ਵੀ ਉੱਚ ਅਧਿਕਾਰੀਆਂ ਨੂੰ ਇਹਨੂੰ ਸੂਚਿਤ ਕੀਤਾ ਗਿਆ ਵਾ ਪਹਿਲਾਂ। ਦੇਖਣ ਨੂੰ ਮਿਲਿਆ ਕਿ ਜਿੱਥੇ ਬੱਚੇ ਬੈਠੇ ਆ ਉਹਨਾਂ ਦੇ ਲੈਂਟਰ ਦੇ ਲੈਂਟਰ ਡਿੱਗਣ ਨੂੰ ਵੇਖਦੇ ਆ, ਸਰੀਏ ਜਿਹੜੇ ਨੰਗੇ ਹੋਏ ਆ, ਇਮਾਰਤ ਜਿਹੜੀ ਬਹੁਤ ਖਸਤਾ ਹਾਲਤ 'ਚ ਦਿਖਦੀ ਪਈ। ਹਾਂਜੀ, ਇਮਾਰਤ ਦੀ ਖਸਤਾ ਹਾਲਤ ਆ, ਉਹਨਾਂ ਨੇ ਸਾਡੇ ਕੋਲ ਮੇਜਰ ਰਿਪੇਅਰ ਦੀ ਡਾਕ ਮੰਗੀ ਹੋਈ ਆ, ਉਹ ਜਿਹੜੀ ਕਿ ਅਸੀਂ ਭੇਜ ਦਿੱਤੀ ਗਈ ਉਹਨਾਂ। ਕਿੰਨਾ ਚਿਰ ਹੋ ਗਿਆ ਤੁਹਾਨੂੰ ਭੇਜਿਆ? ਸਰ, ਅੱਜ ਤੋਂ ਲਗਭਗ ਕੋਈ 4-5 ਮਹੀਨੇ ਪਹਿਲਾਂ ਵੀ ਭੇਜੀ ਸੀ, ਅਤੇ ਜਸਟ ਅੱਜ ਵੀ ਉਹਨਾਂ ਨੇ ਡਾਕ ਮੰਗੀ ਸਾਡੇ ਕੋਲ, ਅਤੇ ਅੱਜ ਵੀ ਅਸੀਂ ਡਾਕ ਦਿੱਤੀ ਮੇਜਰ ਰਿਪੇਅਰ ਦੀ। ਜਿੱਦਾਂ ਵੇਖਣ ਨੂੰ ਮਿਲਿਆ ਕਿ ਪਾਣੀ ਜਿਹੜਾ ਖਲੋਤਾ ਉਹਦੇ ਵਿੱਚ ਮੱਛਰ ਬੁੜਾ, ਕੋਈ ਸਿਹਤ ਵਿਭਾਗ ਦਾ ਕੋਈ ਆਇਆ ਹੋਵੇ, ਕੋਈ ਲਾਵਾ ਪੁੱਛ ਕੇ ਕਰਨ ਨੂੰ ਜਿਹੜਾ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾ ਸਕੇ, ਕੋਈ ਇੱਥੇ ਆਇਆ? ਅੱਜ ਤੱਕ ਤਾਂ ਕੋਈ ਨਹੀਂ ਆਇਆ ਜੀ। ਅਧਿਆਪਕਾਂ ਮੁਤਾਬਕ ਉਹ ਇਸ ਸੰਬੰਧੀ ਪਹਿਲਾਂ ਵੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾ ਚੁੱਕੇ ਨੇ, ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਤੁਸੀਂ ਮੇਰੇ ਹੁਣੇ ਧਿਆਨ ਦੇ ਵਿੱਚ ਲਿਆਂਦਾ ਹੈ, ਅਤੇ ਇਹਦੇ ਸੰਬੰਧ 'ਚ ਮੇਰੀ ਜਿਹੜੇ ਹੈ DO ਐਲੀਮੈਂਟਰੀ ਨਾਲ ਗੱਲ ਹੋ ਗਈ ਆ, ਉਹ ਵਿਜਿਟ ਕਰਕੇ ਰਿਪੋਰਟ ਕਰਨਗੇ। ਦੂਸਰਾ ਜਿਹੜਾ ਤੁਸੀਂ ਕਿਹਾ ਪਾਣੀ ਦੇ ਵਿੱਚ ਮੱਛਰ ਬਹੁਤ ਹੈ, ਸਿਵਲ ਸਰਜਨ ਜੀ ਨਾਲ ਮੇਰੀ ਗੱਲ ਹੋਈ ਆ, ਉੱਥੇ ਟੀਮ ਭੇਜਣਗੇ ਅਤੇ ਜਿਹੜੀ ਲੋੜੀਂਦੀ ਦਵਾਈ ਛਿੜਕਣਗੇ। ਜੇ ਬਿਲਡਿੰਗ ਅਣਸੁਰੱਖਿਅਤ ਪਾਈ ਗਈ ਤਾਂ ਬੱਚਿਆਂ ਨੂੰ ਕਿਤੇ ਹੋਰ ਬਿਠਾਉਣ ਦਾ ਪ੍ਰਬੰਧ ਜਿਹੜਾ ਹੈ ਮਾਨਯੋਗ ਡੀ ਸਾਹਿਬ ਨਾਲ ਅੱਗੇ ਲੈ ਕੇ ਕਰ ਦਿੱਤਾ ਜਾਏਗਾ, ਅਤੇ ਕੋਈ ਬਿਮਾਰੀ ਨਾ ਫੈਲੇ ਇਹਦੇ ਸੰਬੰਧ 'ਚ CM ਸਾਹਿਬ ਨੂੰ ਕਹਿ ਦਿੱਤਾ ਗਿਆ। ਹੁਣ ਦੇਖਣਾ ਇਹ ਹੋਏਗਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਦੋਂ ਤੱਕ ਬੱਚਿਆਂ ਦੀਆਂ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ, ਜਾਂ ਫਿਰ ਇਸ ਵਾਰ ਵੀ ਸਿਰਫ਼ ਬਿਆਨਬਾਜ਼ੀਆਂ ਅਤੇ ਭਰੋਸਿਆਂ ਨਾਲ ਹੀ ਇਹਨਾਂ ਬੱਚਿਆਂ ਨੂੰ ਸਬਰ ਕਰਨਾ ਪਏਗਾ। ਤਰਨ ਤਾਰਨ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ, D5 ਚੈਨਲ, ਪੰਜਾਬੀ।